ਸੁਣ ਭਾਜੀ ਲਓ ਜੀ ਇਹ ਇਹ ਡਾਕਟਰ ਸਾਹਿਬ ਸਾਡੇ ਕੋਲ ਪਹੁੰਚੇ ਨੇ ਵੀਡੀਓ ਦੇਖੀ ਸੀ ਨਾ ਮੈਂ ਤੇ ਇਹਨਾਂ ਦੀ ਮੁੱਛ ਜਿਹੜੀ ਆ ਇੱਕ ਤੋਂ ਦੋ ਮਿੰਟ ਲੱਗੇ ਆ ਕਾਵੀ ਨਾਲ ਤਿਆਰ ਹੋ ਚੁੱਕੀ ਆ ਤੇ ਬਾਕੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਫਰੈਂਡ ਦੇ ਰਿਕਮੈਂਡ 'ਤੇ ਇੱਥੇ ਫੇਸਬੁੱਕ ਵਾਲਿਆਂ ਕੋਲ ਆਇਆ ਸੀਗਾ ਅੱਜ ਅਤੇ ਭਾਜੀ ਹੋਣਾਂ ਨੇ ਬਹੁਤ ਹੀ ਵਧੀਆ ਮੇਰੀ ਮੁੱਛ ਦਾ ਕੰਮ ਕੀਤਾ ਆ ਅਤੇ ਪਹਿਲਾਂ ਤਾਂ ਕਾਫੀ ਇਹਨਾਂ ਡਰ ਲੱਗਦਾ ਸੀਗਾ ਕਿ ਪਤਾ ਨਹੀਂ ਕੀ ਹੋਣਾ ਆ ਬਟ ਜਦੋਂ ਰਿਜ਼ਲਟ ਇਹਨਾਂ ਦੇ ਵੇਖੇ ਤਾਂ ਬਹੁਤ ਹੀ ਬੈਸਟ ਰਿਜ਼ਲਟ ਆ ਅਤੇ ਤੁਸੀਂ ਮੈਂ ਤੁਹਾਨੂੰ ਵੀ ਰਿਕਮੈਂਡ ਕਰਦਾ ਹਾਂ ਕਿ ਵੀਰ ਜੀ ਹੋਣਾਂ ਕੋਲ ਇੱਕ ਵਾਰੀ ਜ਼ਰੂਰ ਆਓ ਅਤੇ ਆਪਣਾ ਜਿੰਨਾ ਵੀ ਆ ਵੀਰ ਜੀ ਹੋਣਾਂ ਵੱਲੋਂ 1% 110% ਤੱਕ ਵੀ ਆਪਣਾ ਇਹ ਦਿੰਦੇ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇਹ ਭਾਜੀ ਹੋਣਾਂ ਦਾ ਵਰਕ ਬਹੁਤ ਹੀ ਬੈਸਟ ਹੈਗਾ। ਓਕੇ ਜੀ, ਥੈਂਕ ਯੂ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਅਤੇ ਇੱਥੇ ਕੋਈ ਵੀ ਕੈਮੀਕਲ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ, ਇਕੱਲੀ ਕਾਵੀ ਦੇ ਨਾਲ ਕੀ ਆ ਮੁੱਛ ਦੀ ਸੈਟਿੰਗ ਕੀਤੀ ਜਾਂਦੀ ਹੈ, ਕੋਈ ਕੈਂਚੀ ਨਾਲ ਵਾਲ ਕੱਟਣ ਦੀ ਜ਼ਰੂਰਤ ਨਹੀਂ ਆ, ਇਸ ਕਰਕੇ ਮਤਲਬ ਇੱਥੇ ਪਹਿਲੇ ਮਤਲਬ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ। ਫੇਸਲੁੱਕ ਸੈਲੋਨ ਮਜੀਠਾ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ। ਓਕੇ ਜੀ, ਥੈਂਕ ਯੂ। ਰਵਿੰਦਰ ਸਿੰਘ, ਮੈਂ 50 ਕਿਲੋਮੀਟਰ ਤੋਂ ਆਇਆ, ਮੈਂ ਵੀਰ ਹੁਣਾਂ ਦੀ ਇੱਕ ਐਡ ਦੇਖੀ ਸੀਗੀ, ਮੇਰੇ ਫਰੈਂਡ ਸਰਕਲ ਦੇ ਵਿੱਚ ਹੀ ਉਹਨਾਂ ਨੇ ਸੈਂਡ ਕੀਤੀ ਮੈਨੂੰ ਕਿ ਭਾਜੀ ਇੱਕ ਵਾਰੀ ਜਾਓ ਉੱਥੇ ਅਤੇ ਮੁੱਛਾਂ ਦੀ ਸੈਟਿੰਗ ਕਰਾਓ। ਅਸੀਂ ਅੰਮ੍ਰਿਤਸਰ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਅਤੇ ਪੰਜਾਬ ਦੇ ਵਿੱਚ ਮੁੱਛਾਂ ਜਿਹੜੀਆਂ ਮੁੱਛ ਗੱਭਰੂ ਦੀ ਸ਼ਾਨ ਹੁੰਦੀ ਹੈ ਬਾਈ, ਅਤੇ ਇਸ ਕਰਕੇ ਵੀਰ ਦਾ ਪਤਾ ਲੱਗਿਆ, ਵੀਰ ਕੋ ਅੱਜ ਮੁੱਛਾਂ ਦੀ ਸੈਟਿੰਗ ਕਰਾਈ, ਬੜਾ ਵਧੀਆ ਲੱਗਿਆ ਅਤੇ ਬੜੀ ਜਿਹੜੀ ਵੱਖਰੀ ਜਿਹੀ ਤਕਨੀਕ ਸੀ ਵੀਰ ਦੀ। ਡਰ ਨਹੀਂ ਲੱਗਾ ਕਿ ਕਾਫੀ ਕਿਤੇ ਗਰਮ ਨਹੀਂ? ਡਰ ਤਾਂ ਲੱਗਿਆ ਸੀ ਭਾਜੀ, ਡਰ ਤਾਂ ਲੱਗਿਆ ਸੀ, ਪਰ ਜਦੋਂ ਵੀਰ ਨੇ ਕੀਤਾ ਉਦੋਂ ਡਰ ਖਤਮ ਹੋ ਗਿਆ। ਜਦੋਂ ਵੀਰ ਨੇ ਪ੍ਰੋਸੀਜਰ ਕੀਤਾ, ਮੁੱਛਾਂ ਸੈੱਟ ਕੀਤੀਆਂ, ਉਦੋਂ ਮਨ 'ਚ ਜਿਹੜਾ ਡਰ ਸੀਗਾ ਉਹ ਨਿਕਲ ਗਿਆ ਬਾਈ। ਇਸ ਤੋਂ ਪਹਿਲੇ ਇਹੋ ਜਿਹੀ ਤਕਨੀਕ ਵੇਖੀ ਕਰੇ? ਮੈਂ ਫਸਟ ਟਾਈਮ ਦੇਖਦਾ ਪਿਆ ਬਾਈ। ਲੱਭ ਰਹੇ ਸੀ ਇੱਦਾਂ ਦੀ ਤਕਨੀਕ ਹੋਣੀ ਚਾਹੀਦੀ ਹੈ? ਜਦੋਂ ਵੀਡੀਓ ਆਈ ਤਾਂ ਵੀਰ ਨੂੰ ਲੱਭਣਾ ਸ਼ੁਰੂ ਕੀਤਾ, ਇਹਨਾਂ ਨੂੰ ਲੱਭ ਕੇ ਫਿਰ ਕੰਟੈਕਟ ਕਰਕੇ ਫਿਰ ਮੈਂ ਅੱਜ ਇੱਥੇ ਆਇਆ। ਠੀਕ ਹੈ, ਹਾਂਜੀ, ਕੀ ਨਾਮ ਜੀ ਤੁਹਾਡਾ? ਸਰ ਮੇਰਾ ਨਾਮ ਪਰਮਿੰਦਰ ਸਿੰਘ ਆ, ਉਹਦਾ ਸੈਲੂਨ 'ਚ ਮੇਰਾ ਨਾਮ ਜ਼ਿਆਦਾਤਰ ਤਾਂ ਗੋਰਾ ਨਾਮ ਨਾਲ ਸਾਰੇ ਦੁਨੀਆ ਜਾਣਦੀ ਆ। ਕੀ ਨਾਮ ਸੈਲੂਨ ਦਾ ਅਤੇ ਕੀ ਤੁਸੀਂ ਇੱਥੇ ਖਾਸ ਲੈ ਕੇ ਆਏ ਹੋ? ਸੈਲੂਨ ਦਾ ਨਾਮ ਹੈਗਾ ਫੇਸਲੁੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਗੁਰੂ ਨਾਨਕ ਹੋਸਪਿਟਲ ਖੰਡੇਆਲਾ ਚੌਂਕ, ਅਤੇ ਇੱਥੇ ਖਾਸ ਇਹ ਆ ਜੀ, ਜਿਹੜੀ ਮੁੱਛ ਆ ਉਹ ਆਪਾਂ ਬਿਨਾਂ ਕੈਮੀਕਲ ਲਾਏ ਬਿਨਾਂ ਕੈਂਚੀ ਲਾਏ ਜਿਹੜੀ ਮੁੱਛ ਆ ਉਹ ਆਪਾਂ ਖੜੀ ਕਰਦੇ ਹਾਂ। ਇਹ ਖਾਸ ਕਰਕੇ ਮਤਲਬ ਜਿਹੜੀ ਮੁੱਛ ਆ ਉਹ ਇੱਕ ਸਾਡੇ ਪੰਜਾਬੀਆਂ ਦੀ ਸ਼ਾਨ ਆ, ਇਸ ਕਰਕੇ ਮਤਲਬ ਉਹ ਮੁੱਛ ਜਿਹੜੀ ਉਹ ਕਾਵੀ ਨਾਲ ਸੈਟਿੰਗ ਕੀਤੀ ਜਾਂਦੀ ਆ ਕਿ ਕੋਈ ਵੀ ਵਾਲ ਕੱਟਣ ਦੀ ਜ਼ਰੂਰਤ ਨਹੀਂ ਹੈ। ਕਈ ਵੀਰ ਝੱਕਦੇ ਆ ਸੈਲੂਨ 'ਤੇ ਆਉਣ ਤੋਂ ਕਿ ਯਾਰ ਸੈਲੂਨ ਜਾਈਏ ਜਾਂ ਮੰਨ ਲਓ ਕੋਈ ਸਾਨੂੰ ਦੇਖ ਨਾ ਲਵੇ ਜਾਂ ਇੱਦਾਂ, ਜਾਂ ਕੋਈ ਕੈਂਚੀ ਨਾ ਲਾ ਦੇ, ਕਿਉਂਕਿ ਜਿਹੜੇ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਇਸ ਕਰਕੇ ਮਤਲਬ ਜਿਹੜਾ ਕਾਵੀਆ ਵਾ, ਕਾਵੀਆ ਵਾਲੀ ਟੈਕਨੀਕ ਆ ਉਹ ਬਿਨਾਂ ਕੈਂਚੀ ਲਾਏ ਬਿਨਾਂ ਕੈਮੀਕਲ ਲਾਏ ਜਿਹੜੀ ਮੁੱਛ ਆ ਉਹ ਆਪਾਂ ਜਿਹੜੀ ਖੜੀ ਕਰ ਦਈਦੀ ਆ ਉਹ 15 ਤੋਂ 25 ਦਿਨ ਤੱਕ ਉਵੇਂ ਰਹਿੰਦੀ ਜਿਵੇਂ ਬਣਾ ਦਈਦੀ ਮੁੱਛ। ਅੱਛਾ, ਕਿੰਨਾ ਕੁ ਟਾਈਮ ਲੱਗਦਾ ਕਸਟਮਰ ਨੂੰ ਉੱਥੇ ਬੈਠਾਉਣਾ? ਕਿੰਨਾ ਕੁ ਕਸਟਮਰ ਨੂੰ ਮੁੱਛ ਦਾ ਨਾ ਇੱਕ ਵਾਲਾਂ ਦਾ ਟੈਕਸਚਰ ਦੇਖਣਾ ਪੈਂਦਾ ਵਾ, ਕੁਛ ਮੁੱਛ ਐਸੀ ਹੁੰਦੀ ਹੈ ਕਿ ਜਿਹੜੀ ਆਪਾਂ ਨੂੰ ਨਾ ਧਾਗੇ ਨਾਲ ਸੀਣੀ ਪੈਂਦੀ ਆ, ਅਤੇ ਜਿਨ੍ਹਾਂ ਦੀ ਗਰੋਥ ਬਹੁਤ ਵਧੀਆ ਹੁੰਦੀ ਆ ਉਹਨਾਂ ਦੇ ਸਿਰਫ 3 ਤੋਂ 4 ਮਿੰਟ ਲੱਗਦੇ ਆ ਮੁੱਛ ਨੂੰ ਸੈਟਿੰਗ ਕਰਨ ਲੱਗਿਆ, ਬਾਕੀ ਹੋਰ 2-2 ਘੰਟੇ ਕਈ ਸੈਲੂਨ 'ਤੇ ਬਿਠਾ ਛੱਡਦੇ, ਉਹ ਕੰਮ ਨਹੀਂ ਗਾ ਜੀ। ਕਿੰਨਾ ਖਰਚਾ ਹੈ ਔਰ ਕਿੱਥੋਂ ਕਿੱਥੋਂ ਕਸਟਮਰ ਆਉਂਦੇ? ਕਸਟਮਰ ਜਿਹੜੇ ਆ ਕਸਟਮਰ ਸਾਡੇ ਕੋਲ ਆ ਰਹੇ ਆ, ਕਦੇ ਪਾਣੀਪਤ ਤੋਂ, ਕੋਈ ਦਿੱਲੀ ਤੋਂ, ਕਰਨਾਲ ਤੋਂ, ਉਹ ਸਾਰੀਆਂ ਵੀਡੀਓ ਯੂਟਿਊਬ 'ਤੇ ਪਈਆਂ ਵਾ, ਅਤੇ ਉਹ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਸੀ ਉਹ ਜ਼ਰੂਰ ਪਹੁੰਚਦੇ ਨੇ ਇੱਥੇ। ਅਤੇ ਜਿਹੜਾ ਖਰਚੇ ਦੀ ਗੱਲ ਕਰ ਰਹੇ ਹੋ ਤੁਸੀਂ, ਖਰਚਾ ਸਿਰਫ 100 ਰੁਪਇਆ ਰੱਖਿਆ ਮੁੱਛ ਨੂੰ ਕਾਵੀ ਨਾਲ ਸੈਟਿੰਗ ਕਰਨ ਦਾ, ਜਿਹੜੀ ਆਪਾਂ ਸਿਲਾਈ ਕਰਦੇ ਹਾਂ ਉਹ ਫਿਰ ਜਿਹੜੇ ਲੋਕਲ ਕਸਟਮਰ ਆ ਸਾਡੇ ਉਹ ਸ਼ਾਮ ਨੂੰ ਬਣਾ ਕੇ ਮੁੱਛ ਲੈ ਜਾਂਦੇ ਆ, ਉਹਨਾਂ ਦੀ ਫਿਰ ਮੁੱਛ ਜਿਹੜੀ ਆ ਉਹ ਸਿਲਾਈ ਕਰਨੀ ਪੈਂਦੀ ਆ, ਸ਼ਾਮ ਨੂੰ ਬਣਾ ਕੇ ਲੈ ਜਾਂਦੇ ਆ, ਦਿਨੇ ਫਿਰ ਉਹਨਾਂ ਦੀ ਮੁੱਛ ਜਿਹੜੀ ਆ ਕੇ ਖਲਵਾ ਲੈਂਦੇ ਆ। ਕਈ ਜਿਹੜੇ ਬਾਹਰੋਂ ਹੁੰਦੇ ਆ ਉਹ ਕਸਟਮਰ ਕੀ ਕਰਦੇ ਆ, ਉਹਨਾਂ ਦੇ ਮੁੱਛ ਸੀਂ ਦੇਈ ਦੀ ਆ, ਖੋਲ ਆਪੇ ਲੈਂਦੇ ਆ, ਉਹ ਕੋਈ ਐਡਾ ਫੰਡਾ ਨਹੀਂ ਆ, ਉਹ ਜਿੱਥੋਂ ਆਪਾਂ ਸਟਾਰਟ ਕਰਨੀ ਆ ਉਸੇ ਤਰੀਕੇ ਨਾਲ ਧਾਗਾ ਖੋਲ ਦੇਣਾ ਵਾ, ਜਦੋਂ ਧਾਗਾ ਖੋਲਣਾ ਵਾ ਉਸ ਤੋਂ ਬਾਅਦ ਮੰਨ ਲਓ ਨਹਾਉਣ ਵਾਸ਼ ਕਰ ਲੈਣ ਮੁੱਛ ਜਦੋਂ ਮਰਜ਼ੀ, ਉਹਨੂੰ ਡਰਾਇਲ ਕਰਨ 'ਤੇ ਮੁੱਛ ਫਿਰ ਉੱਥੇ ਦੀ ਉੱਥੇ ਸਟੈਂਡ ਹੋ ਜਾਂਦੀ ਆ। ਕਹਿਣ ਤੱਕ ਵੇਖੀ ਮੈਂ ਕਿਹਾ
ਉਦਾਂ ਜਿਹੜੀ ਆਪਾਂ ਯੂਟਿਊਬ 'ਤੇ ਪਾਉਂਦੇ ਨਾ ਉਹਦੇ ਵਿੱਚ ਨੰਬਰ ਸਾਰੀਆਂ ਦੇ ਪਿਆ ਵਾ ਯੂਟਿਊਬ 'ਤੇ ਉਹ ਜਿਹੜਾ ਮੈਟਰ ਆਪਾਂ ਬੋਲਿਆ ਨਾ ਉਹ ਜ਼ਰੂਰ ਵਿੱਚ ਹੈ ਨਾ ਲੈ ਆਓ ਚੱਲਾਂ ਕੱਟਣਾ ਥੋੜ੍ਹੀ ਹੈ ਠੀਕ ਹੈ ਨਹੀਂ ਮੈਂ ਕਿਹਾ ਕਿਸੇ ਵੇਲੇ ਕੋਈ ਇੱਕ ਅੱਧਾ ਲੱਭ ਲਾਉਣਾ